ਮੈਂ ਡਿਪਟੀ ਕਮਿਸ਼ਨਰ ਲੁਧਿਆਣਾ ਸਾਰੇ ਸੂਝਵਾਨ ਵੋਟਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ 20 ਫਰਵਰੀ ਦਾ ਦਿਨ ਹੈਗਾ ਜਿਹੜਾ ਬੜੇ ਲੰਬੇ ਇੰਤਜ਼ਾਰ ਤੋਂ ਬਾਅਦ ਆਇਆ ਹੈ 5 ਸਾਲ ਬਾਅਦ ਸਾਰੇ ਵੋਟਰਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਆਪਣੀ ਮਰਜ਼ੀ ਦੇ ਉਮੀਦਵਾਰ ਦੀ ਚੋਣ ਕਰਕੇ ਆ ਜਿਹੜੀ ਆਪਣੀ ਤਕਦੀਰ ਹੈਗੀ ਹੈ ਉਹਦਾ ਅੱਗੇ ਲਈ ਆਪਦੀ ਕਿਸਮਤ ਦਾ ਜਿਹੜਾ ਹੈਗਾ ਫੈਸਲਾ ਕਰ ਸਕਣ ਅਸੀਂ ਇਸ ਦਿਨ ਲਈ ਪੂਰੇ ਪ੍ਰਬੰਧ ਕੀਤੇ ਆ ਪ੍ਰਿੰਨ ਪ੍ਰਬੰਧਨ ਦਾ ਲਾਭ ਤਾਂ ਹੀ ਹੈ ਜੇ ਤੁਸੀਂ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਬੁੱਥਾਂ ਤੇ ਆਉਂਗੇ ਤੇ ਵੱਧ ਤੋਂ ਵੱਧ ਪਰਸੈਂਟੇਜ ਦੇ ਵਿੱਚ ਜਿਹੜੀ ਵੋਟਸ ਪਾ ਕੇ ਬੜੀ ਸੂਝਮਤਤਾ ਨਾਲ ਆਪ ਆਪਦੀ ਮਰਜ਼ੀ ਦੇ ਨਾਲ ਆਪਦੇ ਜਿਹੜੀ ਹੈਗੀ ਹੈ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਆਪਣੀ ਜਿਹੜੀ ਹੈਗੀ ਹੈ ਸਰਕਾਰ ਜੋ ਵੀ ਤੁਸੀਂ ਚਾਹੁੰਦੇ ਹੋ ਉਹਦੀ ਚੋਣ ਕਰੋਗੇ ਇਸ ਦੇ ਲਈ ਪੂਰੇ ਪ੍ਰਬੰਧ ਕਰਨ ਦੇ ਲਈ ਜਿਹੜਾ ਤੰਤਰ ਹੈਗਾ 21000 ਸਿਵਲ ਮੁਲਾਜ਼ਮ ਲਗਾਏ ਗਏ ਨੇ ਪੁਲਿਸ ਔਰ ਜੀਡੀ ਪੈਰਾ ਮਿਲਿਟਰੀ ਫੋਰਸ ਹੈ ਉਹਦੀ ਬੜੇ ਵੱਡੇ ਪੱਧਰ ਤੇ ਜਿਹੜੀ ਤਨਾਤੀ ਕੀਤੀ ਗਈ ਹੈ ਸੀਪੀ ਸਾਹਿਬ ਮੇਰੇ ਨਾਲ ਨੇ ਉਹ ਇਹਦੀ ਡਿਟੇਲ ਦੇਣਗੇ ਬਟ ਮੋٹے ਤੌਰ ਤੇ 80 ਕੰਪਨੀਆਂ ਜੋ ਕਿ ਇੱਕ ਰਿਕਾਰਡ ਹੈ ਅੱਜ ਤੱਕ ਦਾ ਉਹਨਾਂ ਦੀ ਤਨਾਤੀ ਕੀਤੀ ਗਈ ਹੈ ਸਵਰੀ ਲੁਧਿਆਣਾ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਨਾਲੋਂ ਨਾਲ 235 ਸੈਕਟਰ ਅਫਸਰ ਸੈਕਟਰ ਮੈਜਿਸਟ੍ਰੇਟ ਉਹਨਾਂ ਦੇ ਨਾਲ ਪੈਟਰੋਲਿੰਗ ਟੀਮਸ ਔਰ 70 ਕੁਇਕ ਰਿਐਕਸ਼ਨ ਟੀਮਸ ਪੂਰੇ ਜ਼ਿਲ੍ਹੇ ਚ ਹਰ ਇੱਕ ਕੌਨਸਟੀਚੁਐਂਸੀ ਦੇ ਵਿੱਚ ਪੰਜ ਔਰ ਇਸ ਦੇ ਨਾਲੋਂ ਨਾਲ ਜਿਹੜੇ 100% ਬੂਥ ਮੈਂ ਤੁਹਾਨੂੰ ਦੱਸਿਆ ਸੀਗਾ ਆਤਮਨਗਰ ਸਾਊਥ ਔਰ ਸੈਂਟਰਲ ਇੱਥੇ ਅਸੀਂ ਜਿਹੜੀ ਹੈਗੀ ਅਸੀਂ CRPF ਲਾਈ ਹੈ ਔਰ ਬਾਕੀ ਥਾਵਾਂ ਤੇ ਵੀ 65% ਬੂਥ ਐਸੇ ਹੋਣਗੇ ਜਿਨ੍ਹਾਂ ਤੇ CRPF ਤੇ ਬਾਕੀ ਥਾਂ ਤੇ ਮਿਕਸ ਕਰਕੇ ਪੰਜਾਬ ਪੁਲਿਸ ਤੇ ਉਹਨਾਂ ਨੂੰ ਲਗਾਇਆ ਗਿਆ ਹੈਗਾ ਇਹ ਬਹੁਤ ਹੀ ਫੂਲ ਪ੍ਰੂਫ ਅਰੇਂਜਮੈਂਟਸ ਨੇ ਔਰ ਜਿਹੜੇ 21000 ਮੁਲਾਜ਼ਮ ਜਾ ਰਹੇ ਨੇ ਉਹਨਾਂ ਚੋਂ 14500 ਮੁਲਾਜ਼ਮ ਸਿੱਧੇ ਬੁੱਥਾਂ ਦੇ ਡਿਊਟੀ ਕਰਨਗੇ ਬਾਕੀ 7000 ਜਿਹੜੇ ਹੈਗੇ ਆ ਪਿੱਛੇ ਰਹਿ ਕੇ ਸਾਰੀ ਮਟੀਰੀਅਲ ਸਪੋਰਟ ਤੇ ਦੂਜੀ ਸਪੋਰਟ ਸਾਰੀ ਦੇਣਗੇ ਔਰ ਵੱਖ-ਵੱਖ ਟੀਮਾਂ ਦੇ ਵਿੱਚ ਕੰਮ ਕਰਨਗੇ ਚੱਪੇ-ਚੱਪੇ ਦੀ ਸਾਡੀ ਨਿਗਾਹ ਹੈਗੀ ਹੈ ਅੱਜ 6 ਵਜੇ ਤੋਂ ਬਾਅਦ ਭਾਵੇਂ ਅੱਜ 18 ਫਰਵਰੀ ਨੂੰ ਖੁੱਲੇ ਚੌਂਪਰਤਾਰ ਤੇ ਬਿਲਕੁਲ ਮਨਾਹੀ ਹੈ ਕਈ ਹੋਟਲ ਐਸੋਸੀਏਸ਼ਨਾਂ ਤੇ ਦੂਜੇ ਵੀਰ ਮੈਨੂੰ ਪੁੱਛ ਰਹੇ ਆ ਕਿ ਵੀ 6 ਵਜੇ ਤੋਂ ਬਾਅਦ ਜੀ ਕੋਈ ਹੋਰ ਗੈਸਟ ਠਹਿਰ ਸਕਦੇ ਆ ਦੇਖੋ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਗਰ ਅਸੀਂ ਇਦਾਂ ਫਰਕ ਕਰਨ ਲੱਗ ਗਏ ਕਿ ਕੋਈ ਕੌਣ ਗੈਸਟ ਹੈ ਕੌਣ ਪੋਲੀਟੀਕਲ ਬੰਦਾ ਹੈ ਇਹ ਲਾਈਨ ਬੜੀ ਥਿਨ ਹੈਗੀ ਹੈ ਫਿਰ ਇਦਾਂ ਦਾ ਹਰ ਬੰਦਾ ਹੀ ਆਪਦੇ ਆਪ ਨੂੰ ਗੈਸਟ ਕਹੂਗਾ ਇਸ ਕਰਕੇ ਤੁਸੀਂ ਸਾਡੇ ਨਾਲ ਸਹਿਯੋਗ ਕਰੋ ਦੋ ਦਿਨਾਂ ਦੀ ਗੱਲ ਹੈ ਕੋਈ ਵੀ ਬੰਦਾ ਆਊਟਸਾਈਡ ਦਾ ਕੰਸਟੀਚੁਐਂਸੀ ਕੰਸਟੀਚੁਐਂਸੀ ਦੇ ਵਿੱਚ ਠਹਿਰ ਨਹੀਂ ਸਕਦਾ ਅਗਰ ਅਸੀਂ ਇਸ ਤਰ੍ਹਾਂ ਦੀ ਢਿੱਲ ਦੇਣ ਲੱਗੇ ਤਾਂ ਇਸ ਚੀਜ਼ ਦੀ ਢਿੱਲ ਦਾ ਲਾਭ ਲੈ ਕੇ ਹੋਰ ਲੋਕ ਵੀ ਉੱਥੇ ਠਹਿਰਨ ਦਾ ਇੰਤਜ਼ਾਰ ਕੋਈ ਨਾ ਕੋਈ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰਨਗੇ ਜੋ ਕਿ ਅਸੀਂ ਅਲਾਉ ਨਹੀਂ ਹੋਣ ਦੇਣਾ ਪੋਲਿਟিক্যাল ਪਾਰਟੀਆਂ ਕੈਂਡੀਡੇਟਸ ਨੂੰ ਮੈਂ ਧੰਨਵਾਦ ਵੀ ਕਰਦਾ ਕਿ ਹੁਣ ਤੱਕ ਉਹਨਾਂ ਨੇ ਬੜੇ ਤਹਮਲ ਨਾਲ ਪਿਛਲੇ ਡੇਢ ਮਹੀਨੇ ਦੇ ਦੌਰਾਨ ਬਹੁਤ ਹੀ ਪੀਸਫੁਲ ਆਪਣੀ ਮੁਹਿੰਮ ਚਲਾਈ ਹੈ ਅੱਜ ਵੀ 6 ਵਜੇ ਤੁਸੀਂ ਸਾਨੂੰ ਸਹਿਯੋਗ ਦਿਓ ਕੋਈ ਐਸਾ ਮੌਕਾ ਨਾ ਦਿਓ ਤਾਂ ਕਿ ਸਾਨੂੰ ਸਖਤੀ ਕਰਨੀ ਪਏ ਪਰ ਜੇ 6 ਵਜੇ ਤੋਂ ਬਾਅਦ ਕੋਈ ਕੰਟੀਨਿਊ ਕਰੂਗਾ ਤਾਂ ਅਸੀਂ ਪੂਰੀ ਸਖਤੀ ਨਾਲ ਕਾਰਵਾਈ ਕਰਾਂਗੇ ਅਖੀਰ ਦੇ ਵਿੱਚ ਮੈਂ ਦੁਬਾਰਾ ਤੋਂ ਇਹ ਸਾਰਾ ਜਿਹੜਾ ਇੰਨਾ ਚੋਣ ਪ੍ਰਚਾਰ ਤੇ ਖਰਚਾ ਹੋਇਆ ਹੈਗਾ ਜੋ ਵੀ ਇਲੈਕਸ਼ਨ ਕਮਿਸ਼ਨ ਨੇ ਇੰਨਾ ਖਰਚਾ ਕੀਤਾ ਹੈਗਾ ਇੰਨੀ ਪੈਰਾ ਮਿਲਟਰੀ ਲਗਾਈ ਗਈ ਹੈ ਇਹ ਸਾਰੀ ਉਸ ਦਿਨ ਦੇ ਜਿਹੜੇ ਹੈਗੇ ਆ ਮੇਨ ਡਿਸੀਜਨ ਮੇਕਰ ਤੁਸੀਂ ਹੋ ਤੁਹਾਡੇ ਲਈ ਇਹ ਸਾਰਾ ਕੀਤਾ ਗਿਆ ਹਮ ਹਮਾ ਕੇ ਆਓ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚ ਆਓ ਆਪਣੇ ਮਨ ਦੇ ਨਾਲ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ ਬਿਨਾ ਜਾਤ ਧਰਮ ਕੋਈ ਵੀ ਕਿਸੇ ਕਿਸਮ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਕੋਈ ਵੀ ਪੈਸੇ ਜਾਂ ਕੋਈ ਨਸ਼ਿਆਂ ਦੇ ਲੋਭ ਲਾਲਚ ਤੋਂ ਉੱਪਰ ਉੱਠ ਕੇ ਆਪਾ ਸਾਰੇ ਪੰਜਾਬੀ ਰਲ ਮਿਲ ਕੇ ਆਪਣੇ ਪੀਸਫੁਲੀ ਜਿਹੜਾ ਹੈਗਾ ਆਪਣੇ ಮತ ਦਾ ਅਧਿਕਾਰ ਦਾ ਪ੍ਰਯੋਗ ਕਰੀਏ ਤੇ 20 ਫਰਵਰੀ ਦੀ ਪੂਰੀ ਯੋਜਨਾ ਜਿਹੜਾ ਤਿਉਹਾਰ ਹੈਗਾ ਲੋਕਤੰਤਰ ਦਾ ਇਹਨੂੰ ਕਾਮਯਾਬ ਕਰੀਏ ਧੰਨਵਾਦ ਸਬਸਕ੍ਰਾਈਬ ਟੂ आवर YouTube ਚੈਨਲ ਨਿਊਜ਼ DNN ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ